ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਬੋਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਪੰਜਾਬ, ਇਹਨਾਂ ਦੀ ਤਰਫ ਤੋਂ ਬਹੁਤ ਵੱਡੀ ਗੁੱਡ ਨਿਊਜ਼ ਆ ਗਈ ਹੈ ਸਟੂਡੈਂਟਸ ਦੇ ਲਈ, ਕਿਉਂਕਿ ਕੁਛ ਇੱਕ ਟਾਈਮ ਤੋਂ ਇਸ ਦੀ ਪੇਮੈਂਟ ਨਹੀਂ ਹੋ ਰਹੀ ਸੀ। ਜੋ ਕਲਰਕ ਅਕਾਊਂਟਸ ਦੇ ਲਈ ਬੱਚੇ ਐਪਲੀਕੇਸ਼ਨ ਫਾਈਲ ਕਰਨ ਤੋਂ ਬਾਅਦ ਪੇਮੈਂਟ ਲਈ ਟਰਾਈ ਕਰ ਰਹੇ ਸੀ, ਉਹ ਪੇਮੈਂਟ ਨਹੀਂ ਸੀ ਹੋ ਰਹੀ, ਪਰ ਹੁਣ ਇਹਨਾਂ ਨੇ ਡੇਟ ਐਕਸਟੈਂਡ ਕਰ ਦਿੱਤੀ ਹੈ। ਡੇਟ ਐਕਸਟੈਂਡ ਹੋ ਕੇ ਕਿੰਨੀ ਹੋ ਚੁੱਕੀ ਹੈ? 22 ਨਵੰਬਰ, ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, 22 ਨਵੰਬਰ ਹੋ ਚੁੱਕੀ ਹੈ। ਸੋ ਟੈਨਸ਼ਨ ਨਹੀਂ ਲੈਣੀ, ਪਰ ਹਜੇ ਵੀ ਪੇਮੈਂਟ ਹਜੇ ਹੋ ਨਹੀਂ ਰਹੀ, ਕਿਉਂਕਿ ਉਸ ਦੇ ਵਿੱਚ ਐਡਵਰਟੀਜ਼ਮੈਂਟ ਨੰਬਰ 17 ਅਤੇ 18 ਸ਼ੋਅ ਹੋ ਰਹੀ ਹੈ, ਜੋ ਤੁਸੀਂ ਪੇਮੈਂਟ ਕਰਨ ਲੱਗੇ ਹੋਵੋਗੇ। ਪਰ ਥੋੜ੍ਹੇ ਟਾਈਮ ਤੱਕ ਇਹ ਪ੍ਰੋਬਲਮ ਸਹੀ ਹੋ ਜਾਏਗੀ ਅਤੇ ਤੁਸੀਂ 22 ਨਵੰਬਰ ਤੱਕ ਇਹ ਪੇਮੈਂਟ ਕਰ ਪਾਓਗੇ। ਸੋ ਇਹ ਸੀ ਬਹੁਤ ਵੱਡੀ ਗੁੱਡ ਨਿਊਜ਼ ਕਲਰਕ IT ਅਤੇ ਕਲਰਕ ਅਕਾਊਂਟਸ ਵਾਲੇ ਸਟੂਡੈਂਟਸ ਦੇ ਲਈ। ਧੰਨਵਾਦ।